ਬਲਵਿੰਦਰ ਕੌਰ ਹੈ। ਮੈਂ 10ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਮੇਰੇ ਪਿੰਡ ਦਾ ਨਾਮ ਮੀਰਪੁਰ ਹੰਸ ਹੈ, ਜ਼ਿਲ੍ਹੇ ਦਾ ਨਾਮ ਲੁਧਿਆਣਾ, ਤਹਿਸੀਲ ਜਗਰਾਓਂ। ਮੈਂ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨਾ ਚਾਹੁੰਦੀ ਹਾਂ। ਜੇ ਕਰੋਨਾ ਨੂੰ ਹਰਾਉਣਾ ਮੇਰੇ ਦੇਸ਼ ਦੇ ਇਨਸਾਨੋਂ, ਪੜ੍ਹੇ ਲਿਖੇ ਸੂਝਵਾਨ ਹੱਥ ਵਾਰ ਵਾਰ ਧੋਵੋ, ਜੇ ਚਾਹੁੰਦੇ ਹੋ ਜਿਉਣਾ ਮੰਨੋ ਮੋਦੀ ਜੀ ਦੀ ਵਾਰ ਮੰਨੋ ਮੋਦੀ ਜੀ ਦਾ ਕਹਿਣਾ, ਘਰੇ ਰਹੋ ਜੇ ਸੇਫ ਰਹਿਣਾ। ਮੰਨੋ ਮੋਦੀ ਜੀ ਦਾ ਕਹਿਣਾ, ਮੰਨੋ ਮੋਦੀ ਜੀ ਦਾ ਕਹਿਣਾ। ਸਾਰੇ ਫਰਜ ਕਿਸਾਨੋ ਸੁਣੋ, ਸੂਰਵੀਰ ਮਿਹਰਬਾਨ, ਮੇਰੇ ਦੇਸ਼ ਦਾ ਹੋ ਗਹਿਣਾ, ਘਰੇ ਰਹੋ ਜੇ ਸੇਫ ਰਹਿਣਾ। ਮੰਨੋ ਮੋਦੀ ਜੀ ਦਾ ਕਹਿਣਾ, ਮੰਨੋ ਮੋਦੀ ਜੀ ਦਾ ਕਹਿਣਾ। ਗੱਲ ਪਾਓ ਵਿੱਚ ਖਾਨੇ, ਸਾਰੇ ਬਣ ਜਾਓ ਸਿਆਣੇ, ਕੀਤੀ ਨਿੱਕੀ ਜਿਹੀ ਭੁੱਲ ਪੱਲੇ ਕੱਖ ਨਹੀਂ ਹੋ ਰਹਿਣਾ। ਮੰਨੋ ਮੋਦੀ ਜੀ ਦਾ ਕਹਿਣਾ, ਮੰਨੋ ਮੋਦੀ ਜੀ ਦਾ ਕਹਿਣਾ। ਮੁੱਲ ਜ਼ਿੰਦਗੀ ਦਾ ਜਾਣਾ, ਥੋੜ੍ਹੇ ਸਮੇਂ ਨੂੰ ਪਸਾਣਾ, ਭੁੱਲੇ ਭਟਕੇ ਹੋਏ ਰਾਹੀਆਂ, ਔਖਾ ਹੁੰਦਾ ਰਾਹੇ ਪੈਣਾ। ਮੰਨੋ ਮੋਦੀ ਜੀ ਦਾ ਕਹਿਣਾ, ਘਰ ਰਹੋ ਜੇ ਸੇਫ ਰਹਿਣਾ। ਮੰਨੋ ਮੋਦੀ ਜੀ ਦਾ ਕਹਿਣਾ, ਮੰਨੋ ਮੋਦੀ ਜੀ ਦਾ ਕਹਿਣਾ। ਨਾ ਕਿਤੇ ਆਵੋ ਜਾਵੋ, ਹੱਥ ਧੋ ਕੇ ਪੀਵੋ ਖਾਵੋ, ਪਾਣੀ ਡੁੱਲ ਜਾਵੇ ਥੱਲੇ ਔਖਾ ਹੋ ਜਾਂਦਾ ਪੀਣਾ। ਮੰਨੋ ਮੋਦੀ ਜੀ ਦਾ ਕਹਿਣਾ, ਘਰੇ ਰਹੋ ਜੇ ਸੇਫ ਰਹਿਣਾ। ਮੰਨੋ ਮੋਦੀ ਜੀ ਦਾ ਕਹਿਣਾ, ਮੰਨੋ ਮੋਦੀ ਜੀ ਦਾ ਕਹਿਣਾ। ਪਈ ਵਿਪਤ ਇਹ ਭਾਰੀ, ਸਾਰੀ ਦੁਨੀਆ ਪਈ ਹਾਰੀ, ਨਹੀਂ ਹੋ ਆਪਾਂ ਘਬਰਾਉਣਾ, ਜੇ ਕਰੋਨਾ ਨੂੰ ਹਰਾਉਣਾ। ਮੰਨੋ ਮੋਦੀ ਜੀ ਦਾ ਕਹਿਣਾ, ਘਰੇ ਰਹੋ ਜੇ ਸੇਫ ਰਹਿਣਾ। ਮੰਨੋ ਮੋਦੀ ਜੀ ਦਾ ਕਹਿਣਾ, ਮੰਨੋ ਮੋਦੀ ਜੀ ਦਾ ਕਹਿਣਾ, ਮੰਨੋ ਮੋਦੀ ਜੀ ਦਾ ਕਹਿਣਾ। ਥੈਂਕ ਯੂ।